ਕਾਂਗਰਸ ਦੇ ਯੂਥ ਕਾਂਗਰਸ ਦੇ ਇਲੈਕਸ਼ਨ ਚੱਲ ਰਹੇ ਨੇ ਮਾਡਲ ਟਾਊਨ ਦੇ ਵਿੱਚ ਅਤੇ ਦੂਜੀ ਸੜਕ 'ਤੇ ਸ਼੍ਰੋਮਣੀ ਅਕਾਲੀ ਦਲ ਦੀ ਅੱਜ ਜਥੇਬੰਦੀ ਦੀ ਮੀਟਿੰਗ ਹੋ ਰਹੀ ਸੀ ਜਿੱਥੇ ਦਲਜੀਤ ਸਿੰਘ ਚੀਮਾ ਸੀਨੀਅਰ ਅਕਾਲੀ ਆਗੂ ਪਹੁੰਚੇ ਹੋਏ ਸੀਗੇ ਅਤੇ ਹੁਣ ਉਸ ਤੋਂ ਮੀਟਿੰਗ ਤੋਂ ਬਾਅਦ ਲੁਧਿਆਣਾ ਅਕਾਲੀ ਦਲ ਦੇ ਜਿਹੜੇ ਨੇਤਾ ਨੇ ਸੜਕ 'ਤੇ ਬੈਠੇ ਹੋਏ ਨੇ ਕਾਰਨ ਕੀ ਹੈ ਕਾਰਨ ਜਾਣ ਲੈਂਦੇ ਹਾਂ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ ਸਰਕਾਰ ਦੇ ਖਿਲਾਫ਼ ਧਰਨਾ ਕਿਸ ਕਾਰਨ ਦਿੱਤਾ ਜਾ ਰਿਹਾ ਜੀ ਕਾਰਨ ਹੈ ਜੀ ਅਸੀਂ ਇੱਥੇ ਇਜਲਾਸ ਚੱਲ ਰਿਹਾ ਸੀ ਅਕਾਲੀ ਦਲ ਦਾ ਡਾਕਟਰ ਦਲਜੀਤ ਸਿੰਘ ਜੀ ਚੀਮਾ ਸਾਹਿਬ ਚੰਡੀਗੜ੍ਹ ਤੋਂ ਆਏ ਹੋਏ ਸੀਗੇ ਅਕਾਲੀ ਦਲ ਦੇ ਕੁਝ ਵਰਕਰ ਬਾਹਰ ਖੜੇ ਸੀ ਉਹਨਾਂ ਨੂੰ ਚੱਕ ਕੇ ਪੁਲਿਸ ਦੀ ਗੱਡੀ 'ਚ ਪਾ ਕੇ ਲੈ ਗਏ ਜਦੋਂ ਅਸੀਂ ਇਹਨਾਂ ਨੂੰ ਪੁੱਛਿਆ ਇੱਕ ਬੰਦੇ ਨੂੰ ਗੁਲਾਮਾਂ ਤੋਂ ਫੜਿਆ ਸੀ ਅਸੀਂ ਪੁੱਛਿਆ ਕਾਰਨ ਕੀ ਹੈ ਕਹਿੰਦੇ ਜੀ ਗੋਲੀ ਚੱਲ ਗਈ ਪਤਾ ਲੱਗਿਆ ਗੋਲੀ ਕਾਂਗਰਸ ਦੀ ਯੂਥ ਦੀ ਇਲੈਕਸ਼ਨ ਚੱਲਣ ਲਈ ਹੈ ਅਤੇ ਉਹ 'ਚ ਅਕਾਲੀ ਦਲ ਦਾ ਕੀ ਕਸੂਰ ਹੈ ਕਹਿੰਦੇ ਜੀ ਇੱਥੇ ਨੌਜਵਾਨਾਂ ਦਾ ਕਾਲਜ ਹੈ ਇੱਥੇ ਤਾਂ ਕੁੜੀਆਂ ਦਾ ਕਾਲਜ ਹੈ ਬੁੱਧੂ ਕਿਸੇ ਹੋਰ ਨੂੰ ਬਣਾਉਣ ਦੂਜੇ ਦਾ ਕਲੰਕ ਸਾਡੇ 'ਤੇ ਲਾਉਣ ਨੂੰ ਫਿਰਦੇ ਅਸੀਂ ਉਦੋਂ ਤੱਕ ਧਰਨੇ 'ਤੇ ਬੈਠੇ ਹਾਂ ਸਰਦਾਰ ਹਰਭਜਨ ਸਿੰਘ ਜੀ ਡੰਗ ਜੀ ਬੀਬੀ ਸੁਰਿੰਦਰ ਕੌਰ ਦਿਆ ਜੀ ਕੁਲਦੀਪ ਸਿੰਘ ਖਾਲਸਾ ਜੀ ਦੀ ਅਗਵਾਈ ਦੇ ਵਿੱਚ ਅਸੀਂ ਬੈਠੇ ਹਾਂ ਤਦ ਤੱਕ ਅਸੀਂ ਧਰਨਾ ਲਾਵਾਂਗੇ ਤਦ ਤੱਕ ਜਦ ਤੱਕ ਸਾਡੇ ਨੌਜਵਾਨ ਨਹੀਂ ਛੱਡਦੇ ਡੰਗ ਸਾਹਿਬ ਕਿੰਨੇ ਨੌਜਵਾਨਾਂ ਨੂੰ ਅਰੈਸਟ ਕੀਤਾ ਗਿਆ ਜੀ ਦੇਖੋ ਮੈਂ ਸਮਝਦਾ ਕਿ ਹਮੇਸ਼ਾ ਕਾਂਗਰਸ ਨੇ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ ਅਤੇ ਅੱਜ ਫਿਰ ਸਾਨੂੰ ਸਾਹਮਣੇ ਵੇਖਣ ਨੂੰ ਮਿਲਿਆ ਸਾਡੇ 5-7 ਨੌਜਵਾਨਾਂ ਨੂੰ ਫੜ ਕੇ ਲੈ ਗਏ ਬਾਅਦ 'ਚ ਇੱਕ ਨੌਜਵਾਨ ਨੂੰ ਧੂ ਕਰ ਜਾ ਰਹੇ ਸੀ ਅਸੀਂ ਪੁੱਛਿਆ ਕਾਰਨ ਕੀ ਹੈ ਇਹਦਾ ਕਸੂਰ ਕੀ ਹੈ ਕਹਿੰਦੇ ਕਿਤੇ ਗੋਲੀ ਚੱਲੀ ਹੈ ਗੋਲੀ ਚੱਲੀ ਹੈ ਯੂਥ ਦੀ ਇਹਨਾਂ ਦੀ ਕਾਂਗਰਸ ਦੀ ਕਿਤੇ ਚੋਣ ਹੋ ਰਹੀ ਸੀ ਉੱਥੇ ਇਹਨਾਂ ਦੇ ਪਰਿਵਾਰ ਦੀ ਲੜਾਈ ਹੈ ਇਹ ਆਪਸ ਸੱਜਣ ਸਾਡੇ ਪਰਿਵਾਰ 'ਚ ਡਿਸਟਰਬੈਂਸ ਕਿਉਂ ਸਾਡੇ ਮੁੰਡਿਆਂ ਨੂੰ ਕਿਉਂ ਫੜ ਕੇ ਲਿਜਾ ਰਹੇ ਸੀ ਤਾਂ ਜਦੋਂ ਤੱਕ ਇਹ ਸਾਡੇ ਬੜੇ ਸਾਥੀਆਂ ਨੂੰ ਛੱਡਦੇ ਨਹੀਂ ਅਸੀਂ ਧਰਨੇ 'ਤੇ ਬੈਠੇ ਰਹਾਂਗੇ ਸਾਡਾ ਪ੍ਰੋਟੈਸਟ ਜਾਰੀ ਰਹੇਗਾ ਜਿੱਥੇ ਗੋਲੀ ਚੱਲੀ ਆ ਬਿਲਕੁਲ ਪਿਛਲੀ ਸੜਕ ਪੈਂਦੀ ਆ ਜਿੱਥੇ ਹੁਣ ਤੁਸੀਂ ਧਰਨੇ 'ਤੇ ਬੈਠੇ ਹੋ ਕੀ ਕਹਿਣਾ ਚਾਹੋਗੇ ਸਾਨੂੰ ਉਹਦੇ ਬਾਰੇ ਕੋਈ ਪਤਾ ਹੀ ਨਹੀਂ ਕਿੱਥੇ ਚੱਲੀ ਹੈ ਸਾਨੂੰ ਤਾਂ ਇਹ ਪਤਾ ਕਿ ਸਾਡਾ ਇਜਲਾਸ ਚੱਲ ਰਿਹਾ ਅਸੀਂ ਆਪਣੇ ਲੀਡਰ ਨੂੰ ਵੈਲਕਮ ਕਹਿਣ ਲਈ ਇਕੱਠੇ ਹੋਏ ਹਾਂ ਕਦੋਂ ਤੱਕ ਹੁਣ ਧਰਨਾ ਸੜਕ ਜਾਮ ਨਿਰੰਤਰ ਜਾਰੀ ਰਹੂਗਾ ਜਦੋਂ ਤੱਕ ਇਹਨਾਂ ਨੂੰ ਛੱਡਿਆ ਨਹੀਂ ਜਾਂਦਾ ਜੀ ਬਿਲਕੁਲ ਇਹ ਸੀਗੇ ਅਕਾਲੀ ਦਲ ਦੇ ਆਗੂ ਜਿਨ੍ਹਾਂ ਦਾ ਸਾਫ਼ ਕਹਿਣਾ ਹੈ ਕਿ ਯੂਥ ਕਾਂਗਰਸ ਦੇ ਇਲੈਕਸ਼ਨ ਹੈ ਜਿਹੜੀ ਗੋਲੀ ਚੱਲੀ ਆ ਉਸਦੇ ਚੱਲਦੇ ਅਕਾਲੀ ਦਲ ਦੇ ਕੁਛ ਵਰਕਰਾਂ ਨੂੰ ਪੁਲਿਸ ਵੱਲੋਂ ਇੱਥੋਂ ਅਰੈਸਟ ਪਾਈ ਗਈ ਆ ਅਤੇ ਜਿਹੜਾ ਕਿ ਬੇਬੁਨਿਆਦ ਆ ਅਤੇ ਦੂਜੇ ਪਾਸੇ ਪੁਲਿਸ ਵਾਲੇ ਵੀ ਇੱਥੇ ਪਹੁੰਚਣ ਸਰ ਕੀ ਕਹਿਣਾ ਚਾਹੋਗੇ ਜੀ ਇੱਥੇ ਧਰਨਾ ਲੱਗਾ ਮੇਰੇ ਅਫਸਰ ਹੀ ਕਹਿਣਗੇ ਜੋ ਕਹਿਣਗੇ ਥੈਂਕ ਯੂ ਮੇਰੇ ਅਫਸਰ ਹੀ ਕਹਿਣਗੇ ਮੈਂ ਹੁਣੇ ਆਇਆ ਜੀ ਜੀ ਬਿਲਕੁਲ ਅਕਾਲੀ ਦਲ ਦੇ ਆਗੂਆਂ ਵੱਲੋਂ ਸਾਫ਼ ਕਿਹਾ ਜਾ ਰਿਹਾ ਕਿ ਜਦ ਤੱਕ ਉਹਨਾਂ ਦੇ ਵਰਕਰਾਂ ਨੂੰ ਛੱਡਿਆ ਨਹੀਂ ਜਾਂਦਾ ਤਦ ਤੱਕ ਜਿਹੜਾ ਹੈਗਾ ਧਰਨਾ ਪ੍ਰਦਰਸ਼ਨ ਜਾਰੀ ਰਹੇਗਾ ਮੈਡਮ ਇੱਥੇ ਪਹੁੰਚਣੇ ਮੈਡਮ ਧਰਨਾ ਦਿੱਤਾ ਜਾ ਰਿਹਾ ਕਿਹਾ ਜਾ ਰਿਹਾ ਕਿ ਅਕਾਲੀ ਦਲ ਦੇ ਵਰਕਰਾਂ ਨੂੰ ਪੁਲਿਸ ਜਾਣ ਬੁੱਝ ਕੇ ਉਠਾ ਕੇ ਲੈ ਕੇ ਗਈ ਹੈ ਜਦਕਿ ਇਲੈਕਸ਼ਨ ਕਾਂਗਰਸ ਦੇ ਸੀਗੇ ਨਹੀਂ ਇਹਦਾ ਉਸ ਇੰਸੀਡੈਂਟਸ ਨਾਲ ਕੋਈ ਲਿੰਕ ਨਹੀਂ ਹੈ ਜੀ ਇਹ ਤਾਂ ਸਾਡੀ ਇੱਕ ਰੂਟੀਨ ਦੇ ਵਿੱਚ ਵੀ ਪਹਿਲਾਂ ਈਵ ਟੀਜ਼ਿੰਗ ਦੇ ਅਗੇਂਸਟ ਕੈਂਪੇਨ ਚੱਲ ਰਿਹਾ ਸੀਗਾ ਗਰਲਸ ਕਾਲਜ ਦੇ ਬਾਹਰ ਅਸੀਂ ਰੂਟੀਨ 'ਚ ਹੀ ਆਏ ਹੋਏ ਹਾਂ ਕੁਛ ਲੜਕਿਆਂ ਨੂੰ ਜਿਹੜੇ ਸ਼ੱਕੀ ਲੱਗੇ ਸਾਨੂੰ ਉਹਨਾਂ ਨੂੰ ਅਸੀਂ ਵੈਰੀਫਾਈ ਕਰਨ ਲਈ ਥਾਣੇ ਭੇਜਿਆ ਹੋਇਆ ਇਹਨਾਂ ਨੂੰ ਇਹ ਕਹਿੰਦੇ ਜੀ ਸਾਡੇ ਵਰਕਰ ਨੇ ਸੋ ਇਹਨਾਂ ਦਾ ਅਸੀਂ ਇੱਕ ਮੁਲਾਜ਼ਮ ਜਾਂ ਇਹਨਾਂ ਦਾ ਰਿਪ੍ਰੈਜੈਂਟੇਟਿਵ ਨਾਲ ਭੇਜਿਆ ਹੋਇਆ ਜੋ ਤਸਦੀਕ ਕਰ ਲੈਣਗੇ ਜੀ ਸਾਡੇ ਮੁਲਾਜ਼ਮ ਨੇ ਕੋਈ ਈਵ ਟੀਜ਼ਿੰਗ ਵਾਸਤੇ ਨਹੀਂ ਆਇਆ ਹੋਇਆ ਸੀ ਤਾਂ ਉਹ ਅਸੀਂ ਛੱਡ ਦੇਵਾਂਗੇ ਜੀ ਜਿਹੜਾ ਇਹਨਾਂ ਵੱਲੋਂ ਆਰੋਪ ਲਗਾਏ ਜਾ ਰਹੇ ਕਿ ਜਦੋਂ ਲੈ ਕੇ ਜਾ ਰਹੇ ਸੀਗੇ ਇਹਨਾਂ ਦੇ ਵਰਕਰਾਂ ਨੂੰ ਪੁਲਿਸ ਵਾਲੇ ਅਤੇ ਉਹਨਾਂ ਦਾ ਕਹਿਣਾ ਸੀਗਾ ਕਿ ਪਿੱਛੇ ਯੂਥ ਕਾਂਗਰਸ ਦੇ ਇਲੈਕਸ਼ਨ ਗੋਲੀ ਚੱਲੀ ਆ ਸੀ ਇਸ ਕਰਕੇ ਉਹਨਾਂ ਨੂੰ ਉਠਾ ਕੇ ਲੈ ਕੇ ਜਾ ਰਹੇ ਆ ਜਾਂ ਹਿਰਾਸਤ ਲਿੱਤਾ ਵਾ ਮੈਂ ਪਹਿਲਾਂ ਵੀ ਦੱਸਿਆ ਜੀ ਇਹਦਾ ਉਸ ਇੰਸੀਡੈਂਟਸ ਨਾਲ ਜਾਂ ਕਿਸੇ ਵੀ ਹੋਰ ਪੋਲੀਟੀਕਲ ਇੰਸੀਡੈਂਟਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਜੀ ਇਹ ਸਾਡੀ ਰੂਟੀਨ ਦੀ ਐਕਸਰਸਾਈਜ਼ ਚੱਲ ਰਹੀ ਹੈ ਉਸੇ ਕੰਸਰਨ 'ਚ ਅਸੀਂ ਜਿਹੜੇ ਸ਼ੱਕੀ ਬੰਦੇ ਹੈਗੇ ਆ ਉਹਨਾਂ ਦੀ ਵੈਰੀਫਿਕੇਸ਼ਨ ਲਈ ਉਹਨਾਂ ਥਾਣੇ ਭੇਜਿਆ ਹੋਇਆ ਜੀ ਅਤੇ ਹੁਣ ਵੈਰੀਫਿਕੇਸ਼ਨ ਤੋਂ ਬਾਅਦ ਉਹਨਾਂ ਨੂੰ ਛੱਡਿਆ ਜਾਏਗਾ ਕਿ ਕਿਸ ਤਰ੍ਹਾਂ ਹਾਂਜੀ ਹਾਂਜੀ ਜਿਹੜੇ ਸਾਨੂੰ ਤਸਦੀਕ ਹੋ ਜਾਣਗੇ ਕਿ ਉਹਨਾਂ ਦਾ ਕੋਈ ਵੀ ਸਸਪੀਸ਼ੀਅਸ ਐਂਟੀਸੀਡੈਂਟ ਨਹੀਂ ਹੈ ਜਾਂ ਉਹ ਕਿਸੇ ਪਰਪਸ ਵਾਸਤੇ ਪ੍ਰੋਡਕਟਿਵ ਪਰਪਸ ਲਈ ਆਏ ਹੋਏ ਸੀ ਈਵ ਟੀਜ਼ਿੰਗ ਦੇ ਮੰਤਵ ਨਾਲ ਨਹੀਂ ਆਏ ਹੋਏ ਸੀ ਅਸੀਂ ਉਹਨਾਂ ਨੂੰ ਜਾਣ ਦੇਵਾਂਗੇ ਇਹਨਾਂ ਵੱਲੋਂ ਸੜਕ ਜਾਮ ਕੀਤੀ ਗਈ ਹੈ ਕੀ ਕਹਿਣਾ ਚਾਹੋਗੇ ਜੀ ਇਹ ਤਾਂ ਜੀ ਦੇ ਵਿਲ ਹੈਵ ਟੂ ਕਮੈਂਟ ਔਨ ਦਿਸ ਪਰ ਜੋ ਇੰਸੀਡੈਂਟ ਹੈਗਾ ਆ ਉਸ ਲਿੰਕ ਇਹਦੇ ਨਾਲ ਕੋਈ ਨਹੀਂ ਹੈਗਾ ਜੋ ਈਵ ਟੀਜ਼ਿੰਗ ਦਾ ਕੈਂਪੇਨ ਕਾਲਜ ਦੇ ਬਾਹਰ ਤੋਂ ਕਿੰਨੇ ਨੌਜਵਾਨਾਂ ਨੂੰ ਅੱਜ ਮਤਲਬ ਕਿ ਇਸ ਈਵ ਟੀਜ਼ਿੰਗ ਦੇ ਹਜੇ ਤਾਂ ਅਸੀਂ ਚੱਲ ਹੀ ਰਿਹਾ ਸੀ ਨਾ ਜੀ ਚੱਲ ਹੀ ਰਿਹਾ ਸੀ ਸੋ ਆਈ ਕੈਨ ਨਾਟ ਟੈਲ ਯੂ ਦਾ ਨੰਬਰ ਉਹ ਨੰਬਰ ਅਸੀਂ ਥਾਣੇ ਜਿਹੜੇ ਭੇਜੇ ਹੈਗੇ ਉੱਥੋਂ ਅਸੀਂ ਕਨਫਰਮ ਕਰ ਸਕਦੇ ਵੀ ਕਿੰਨੇ ਇੱਥੋਂ ਬੰਦੇ ਅਸੀਂ ਸ਼ੱਕੀ ਭੇਜੇ ਹੈਗੇ ਆ ਉੱਥੇ ਮੁੰਡੇ ਜੀ 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 ਬਿਲਕੁਲ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਇੱਧਰ ਗੁਰੂ ਨਾਨਕ ਗਰਲਸ ਕਾਲਜ ਹੈ ਜਿੱਥੇ ਬਾਹਰ ਲੜਕੀਆਂ ਦਾ ਕਾਲਜ ਹੈ ਜਿੱਥੇ ਨੌਜਵਾਨ ਜਿਹੜੇ ਇੱਥੇ ਨਿਕਲਦੇ ਸੀਗੇ ਜਾਂ ਲੜਕੀਆਂ ਨਾਲ ਛੇੜਛਾੜ ਕਰਦੇ ਸੀ ਉਹਨਾਂ ਨੂੰ ਰੋਕਣ ਵਾਸਤੇ ਪੁਲਿਸ ਵੱਲੋਂ ਪਿਛਲੇ ਕੁਝ ਦਿਨਾਂ ਤੋਂ ਮੁਹਿੰਮ ਛੇੜੀ ਗਈ ਹੈ ਪੁਲਿਸ ਅਧਿਕਾਰੀਆਂ ਦਾ ਕਹਿਣਾ ਕਿ ਜਿਹੜੇ ਨੌਜਵਾਨਾਂ ਨੂੰ ਕੁਛ ਜਿਹੜੇ ਸ਼ੱਕੀ ਲੱਗੇ ਉਹਨਾਂ ਨੂੰ ਉਠਾਇਆ ਗਿਆ ਅਤੇ ਦੂਜੇ ਪਾਸੇ ਪਰ ਸ਼੍ਰੋਮਣੀ ਅਕਾਲੀ ਦਲ ਦੇ ਨੇਤਾਵਾਂ ਦੀ ਗੱਲ ਮੰਨੀਏ ਤਾਂ ਉਹਨਾਂ ਦਾ ਕਹਿਣਾ ਕਿ ਪੁਲਿਸ ਜਿਹੜੀ ਕਾਂਗਰਸ ਦੇ ਇਲੈਕਸ਼ਨਾਂ 'ਚ ਗੋਲੀ ਚੱਲੀ ਹੈ ਉਸਦੇ ਕਾਰਨ ਜਿਹੜੇ ਅਕਾਲੀ ਵਰਕਰਾਂ ਨੂੰ ਉਠਾ ਕੇ ਲੈ ਕੇ ਗਈ ਹੈ ਅਤੇ ਕੁੱਲ ਮਿਲਾ ਕੇ ਮਾਮਲਾ ਜਿਹੜਾ ਹੈਗਾ ਆਪਸ ਵਿੱਚ ਪਚੀਦਾ ਹੁੰਦਾ ਨਜ਼ਰ ਆ ਰਿਹਾ ਅਤੇ ਦੇਖਣਾ ਹੋਵੇਗਾ ਕਿ ਕਦੋਂ ਤੱਕ ਇਹ ਧਰਨਾ ਪ੍ਰਦਰਸ਼ਨ ਅਕਾਲੀ ਦਲ ਵੱਲੋਂ ਜਾਰੀ ਰਹੇਗਾ ਕਿਆ ਨਾਮ ਹੈ ਰੋਹਿਤ ਦੇ ਨਾਲ ਵਿਵੇਕਟਾ ਦੈਨਿਕ ਸਵੇਰਾ ਟੀਵੀ ਲੁਧਿਆਣਾ
जिथे परिवार का विछोड़ा पै गया। जिथे 10 लाख फौजां दे नाल लड़दिया वड्डे साहबजादे ते 40 सिंह शहादत का जाम पी गए। जिन्हां राहां ते दादी मां दे नाल चलदिया छोटे साहबजादियां दा अडोल सिदक पोदियां ठंडियां रातां भी मठियां कर गया। सो देखना ना भुलना शहीदी पेंडे दियां ओ 6 रातां जिसने सिख कौम दे विच एक विलखण इतिहास सिरज दिता। सिर्फ ते सिर्फ दैनिक सवेरा ते हर रोज सवेरे 8 बजे।